ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਤੇ ਆਏ ਪ੍ਰਿਯ ਅੰਗ ਤੇ ਗੁਰ ਅਮਰਦਾਸ ਰਾਮਦਾਸ ਸਿਉਂ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਡਿੱਠੇ ਸਦ ਹੋਇਆਏ ਤੇ ਬਹਾਦਰ ਸਿਮਰੀ ਹੈ ਕਰ ਨੌਂਦ ਤੇ ਆਵੇ ਤਾਏ ਸਭ ਜਣਾ ਸਹਾਏ ਦਸਵੇਂ ਪਾਤਸ਼ਾਹ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਧ ਥਾਈ ਹੋਣਾ ਸਹਾਏ ਦਸਾਂ ਪਾਤਸ਼ਾਹੀ ਆਤਮ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਆਨਣ ਕੀਤਾ ਆਈ ਸਾ ਭਾਈ ਨਾਨਕ ਸਿੰਘ ਜੀ ਨੂੰ ਚੰਨਾ ਵਿੱਚ ਵਾਸ ਬਖਸ਼ਣਾ ਪਰਿਵਾਰ ਕੱਲੀਆਂ ਸਤਿਗੁਰ ਜੀ ਆਪ ਜੀ ਦੀ ਹਜ਼ੂਰੀ ਦੇ ਅੰਦਰ ਪੰਚਮ ਕੜਾ ਪ੍ਰਸ਼ਾਦੀਆਂ ਦੇ ਅੱਗਾਂ ਹਾਜ਼ਰ ਹਨ ਆਪ ਜੀ ਦਾ ਪ੍ਰਵਾਨ ਹੋਇਆ ਪ੍ਰਸ਼ਾਦ ਸਸਰੀ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਕਿਰਪਾ ਕਰੋ ਮਹਾਰਾਜ ਇਸ ਵੇਲੇ ਦੀ ਅਰਦਾਸ ਪ੍ਰਵਾਨ ਕਰੋ ਸਮੂਹ ਸੰਗਤਾਂ ਨੂੰ ਅਟਲ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚਿਤਿਆਵੇ ਨਾਨਕ ਨਾਮ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਸਤੇ ਵੀ ਉਹ
दर्शन सिंह का परम मित्र छोटा भरा जिथे असी अपने बचपन तो लैके चढ़ती उम्र के लहती उम्र के अंतर पड़ा तक का सफर तय किया कटिया भावें रोजगार की करके जल जल के पहरे की करके असी एक दूसरे को दूर दूर भी रहे हैं अरदास शामिल बैठे हैं उन्होंने सहकर्मी मेरे भी सहकर्मी सरदार मिश्रा सिंह जी उचेचे तौर पर इतने हाजिर बैठे हैं ये गल इस गल की अगवाई करती है कि उन्होंने भारत के भी अपना चंगा नाम कमाया जीवन के संसारिक जीव के पासों बड़िया मुहिमा कर सरदार नवजीवन जोत सिंह गुरु घर कनियो सरोपे की बख्शिश प्राप्त करने की कृपा कर प्रधान साहब जथेदार जगरूप सिंह जी को बेनती करूँगा और सीनियर मीत प्रधान सरदार गुरमीत सिंह जी खालसा कि वह सरोपे की बख्शिश करने की कृपा कर कृपा की जय।
Yeah.
सब जग चल रहे।
ਗੁਰ ਸੇਵਾ ਦੇ ਭਗਤ ਕਮਾਈ ਤਬ ਇਹ ਮਾਨਸ ਦੇ ਹੀ ਪਾਈ ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇ ਹੀ ਭਜ ਹਰ ਕੀ ਸੇਵ ਆਖਿਆ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਭ। ਇਹਦਾ ਮਕਸਦ ਅਸਲ ਵਿੱਚ ਪਤਾ ਕੀ ਹੈ, ਸੰਸਾਰ ਦੇ ਵਿੱਚ ਤੂੰ ਆਇਆ ਆਪਣੇ ਆਪ ਨੂੰ ਮੁਕਤ ਕਰਨ ਵਾਸਤੇ, ਜਿਹੜੇ ਤੈਨੂੰ ਸਵਾਸ ਮਿਲਿਆ ਉਹ ਸਵਾਸਾਂ ਦੇ ਰੂਪ ਨੂੰ ਸਫਲੇ ਕਰਨ ਵਾਸਤੇ ਕਿਵੇਂ ਸਫਲੇ ਕਰੇਗਾ ਜੋ ਸੰਸਾਰ ਦੇ ਵਿੱਚ ਆਇਆ। ਆਖਿਆ ਕਿ ਪਹਿਲਾਂ ਤੈਨੂੰ ਗੁਰੂ ਦੀ ਲੋੜ ਆ, ਗੁਰੂ ਵਾਲਾ ਬਣ, ਗੁਰੂ ਵਾਲਾ ਬਣ ਕੇ ਫਿਰ ਗੁਰੂ ਤੋਂ ਗਾਡੀ ਰਾਹ ਪ੍ਰਾਪਤ ਕਰ, ਗਾਡੀ ਰਾਹ ਤੇ ਚੱਲ ਕੇ ਇਸ ਤਰ੍ਹਾਂ ਕਰਕੇ ਆਖਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਵਾਸ ਸਵਾਸ ਸਿਮਰਨ ਬੰਦਗੀ ਕਰਕੇ ਇਸ ਤਰ੍ਹਾਂ ਕਰਕੇ ਤੇਰੇ ਸਵਾਸ ਸਫਲੇ ਹੋਣਗੇ। ਜਿਹੜਾ ਤੇਰਾ ਸਮਾਂ ਨਾ ਉਹ ਇਸ ਤਰ੍ਹਾਂ ਕਰਕੇ ਸਫਲਾ ਹੋਵੇਗਾ। ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇ ਦੀ ਆਲ ਜਾਂ ਦੂਜਾ ਸਾਹਿਬਾ ਵਿੱਚ ਸਾਨੂੰ ਤਾਕੀਦ ਕੀਤੀ ਹੈ ਕਿ ਇਹ ਜੀਵ ਤੂੰ ਅੰਮ੍ਰਿਤ ਵੇਲੇ ਨੂੰ ਸੰਭਾਲ, ਅੰਮ੍ਰਿਤ ਵੇਲੇ ਉੱਠ ਉੱਠ ਕੇ ਇਸ਼ਨਾਨ ਕਰਕੇ ਉਸ ਵਾਹਿਗੁਰੂ ਦਾ ਜਾਪ ਕਰ ਜਿਹਨੇ ਤੈਨੂੰ ਗੁਰਾਂ ਦੇ ਵਾਸਤੇ ਤਰਨ ਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਜਾਪ ਕਰਵਾਏ, ਉਪਰੰਤ ਤਰਨ ਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਦੀਵਾਨ ਸਜਾਇਆ ਗਿਆ, ਦੀਵਾਨਾਂ ਦੇ ਵਿੱਚ ਕਥਾ ਕੀਰਤਨ ਦਾ ਪ੍ਰਭਾਵ, ਇਹ ਉਹਨਾਂ ਪ੍ਰਤੀ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਕੀਤਾ ਗਿਆ। ਸਤਿਗੁਰੂ ਜੀ ਰਹਿਤ ਕਰ ਆਪਾਂ ਸਾਰਿਆਂ ਨੇ ਰਲ ਕੇ ਵਿਸ਼ਵ ਆਤਮਾ ਪ੍ਰਤੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ। ਜਦੋਂ ਕਹਿੰਦੇ ਸੰਸਾਰ ਦੇ ਵਿੱਚੋਂ ਕੋਈ ਜੀਵ ਜਾਂਦਾ ਨਾ ਤਾਂ ਫਿਰ ਇੱਕ ਪਰਿਵਾਰ ਵਾਲਿਆਂ ਦੇ ਨਾਲ, ਨਿਮੂ ਵਾਲਿਆਂ ਦੇ ਨਾਲ, ਪਿਆਰ ਵਾਲਿਆਂ ਦੇ ਨਾਲ, ਜਿਨ੍ਹਾਂ ਦੇ ਨਾਲ ਉਹਨੇ ਸਾਰੀ ਉਮਰ ਬਤੀਤ ਕੀਤੀ ਹੁੰਦੀ ਆ, ਦੁੱਖ ਸੁੱਖ ਦੇ ਵਿੱਚ ਸਾਂਝੀ ਹੁੰਦੇ ਨੇ, ਤੇ ਫਿਰ ਉਹਨਾਂ ਦੇ ਨਾਲ ਇੱਕ ਵਿਚਾਰ ਕਰਦੇ ਕਿ ਮੈਂ ਸੰਸਾਰ ਦੇ ਵਿੱਚੋਂ ਜਾਣਾ। ਜਿੱਥੇ ਤੁਸੀਂ ਜ਼ਿੰਦਗੀ ਦੇ ਵਿੱਚ ਮੇਰਾ ਸਾਥ ਨਿਭਾਇਆ, ਸਾਥ ਦਿੱਤਾ, ਦੁੱਖ ਸੁੱਖ ਦੇ ਵਿੱਚ ਨਾਲ ਖੜੇ ਹੋਏ ਸਰੀਰ ਬਣ ਕੇ, ਤੇ ਉੱਥੇ ਮੇਰੇ ਲਈ ਇੱਕ ਕਰਮ ਜ਼ਰੂਰ ਕਰ ਦਿਓ। ਉਹ ਇਹ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੇਰੇ ਪ੍ਰਤੀ ਅਰਦਾਸ ਬੇਨਤੀ ਕਰ ਦਿਓ ਕਿ ਉਹਨਾਂ ਦੇ ਦਿੱਤੇ ਹੋਏ ਸਵਾਸਾਂ ਨੂੰ ਸਫਲਿਆ ਕਰਕੇ ਸੰਸਾਰ ਦੇ ਵਿੱਚੋਂ ਜਾ ਰਿਹਾ, ਮੇਰੇ ਲਈ ਇਹ ਅਰਦਾਸ ਕਰਿਓ ਕਿ ਮੇਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ, ਜਹਦੇ ਪਿਛਲੀ ਤਹਿਰ ਮਿਲੀ ਸੱਚੀ ਮੁਰੀਦ ਸਮਾਗਮ, ਮੇਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ। ਅਸਲ ਵਿੱਚ ਸੰਸਾਰ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨ ਵਾਸਤੇ ਇਹ ਜੀਵ ਆਇਆ, ਤੇ ਜਦੋਂ ਇਹ ਸਵਾਸਾਂ ਰੂਪੇ ਪੂੰਜੀ ਨੂੰ ਪਾ ਕੇ ਸਵਾਸ ਸਵਾਸ ਸਿਮਰਨ ਬੰਦਗੀ ਕਰਦਾ ਤਾਂ ਵਾਹਿਗੁਰੂ ਜੀ ਉਹਨਾਂ ਦੇ ਨਾਲ ਮਿਲਾਪ ਕਰ ਹੀ ਲੈਂਦੇ ਨੇ, ਤੇ ਉਹ ਕਹਿੰਦਾ ਮੇਰੇ ਲਈ ਵੀ ਇਹ ਕਰਮ ਕਰਨਾ, ਮੇਰੇ ਪ੍ਰਤੀ ਅਰਦਾਸ ਕਰੋ ਕਿ ਦੇਖੋ ਸੱਜਣ ਅਸੀਸੜੀਆਂ ਜੋ ਹੋਵੇ ਸਹਿ ਸੋ ਮੇਲ, ਵਾਹਿਗੁਰੂ ਜੀ ਉਹ ਆਸੁਤੇ ਚੀਰਾ ਸੱਜਣ ਮੇਰੇ
ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗ ਤੇ ਗੁਰ ਅਮਰਦਾਸ ਰਾਮਦਾਸ ਸਿਉਂ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਡਿੱਠੇ ਸਦ ਹੋਇਆਏ ਤੇ ਬਹਾਦਰ ਸਿਮਰੀ ਹੈ ਕਰ ਨੌਂ ਤੇ ਆਵੇ ਤਾਂ ਆਏ ਸਭ ਜਣਾ ਸਹਾਏ ਦਸਵੇਂ ਪਾਤਸ਼ਾਹ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਧ ਥਾਈ ਹੋਣਾ ਸਹਾਏ ਦਸਾਂ ਪਾਸ਼ੀਆਂ ਆਤਮ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਧਰ ਕੇ ਬੋਲਣਾ ਜੀਵਾ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਟੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਆਨਣ ਕੀਤਾ ਬੋਲਣਾ ਜੀਵਾ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ
ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ, ਧਰਮ ਕਾ ਜੈ ਜੈਕਾਰ, ਖਾਲਸਾ ਜੀ ਬੋਲਣਾ ਜੀ ਵਾਹਿਗੁਰੂ। ਇਨ ਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਧੰਨ ਧੰਨ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਬਾਣੀ ਕੇ ਵਹਿਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ, ਜੋਦਰੀ ਜੇ ਹਾਚਰੀ ਲਿਖਿਆ, ਇਹ ਹੁਕਮ ਕਮਾਏ ਘੱਲੇ ਆਵੇ ਨਾਨਕਾ, ਸਦੇ ਉੱਠੀ ਜਾਏ ਰਾਣਾ ਰਾਓ ਨਾ ਕੋਰਾ ਹੈ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ, ਕੋਈ ਨਾ ਬੰਦੇ ਤੀਰ ਦੇ ਮਹਾਂਵਾ ਕਾਂਸਾ ਸਤਿਗੁਰੂ ਜੀ, ਭਾਈ ਸਾਹਿਬ ਭਾਈ ਨਾਹਰ ਸਿੰਘ ਜੀ ਨੂੰ ਆਪ ਜੀ ਨੇ ਜਿਤਨੀ ਕੁ ਸਵਾਸਾਂ ਰੂਪੀ ਪੂੰਜੀ ਸੰਸਾਰ ਦੇ ਵਿੱਚ ਭੋਗਣ ਲਈ ਬਖਸ਼ੀ ਸੀ, ਉਸ ਨੂੰ ਭੋਗਦਿਆਂ ਹੋਇਆ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ। ਸਤਿਗੁਰੂ ਜੀ ਉਹਨਾਂ ਦੇ ਨਿਮਿਤ ਗੁਰਮੁਖ ਪਰਿਵਾਰ ਨੇ ਗ੍ਰਹਿ ਵਿਖੇ ਤੁਰਕੀ ਬਾਣੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ। ਉਪਰੰਤ ਸਤਿਗੁਰੂ ਜੀ ਉਹ ਦੁਪਹਿਰ ਦੇ ਦੀਵਾਨ ਸਜੇ ਹਨ, ਵੈਰਾਗਮਈ ਕੀਰਤਨ ਹੋਇਆ, ਮਹਾਰਾਜ ਹਰ ਜਸ ਹੋਏ ਹਨ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਹੋਏ, ਮਹਾਰਾਜ ਪੜ੍ਹੀ ਸੁਣੀ ਬਾਣੀ ਦਾ ਭਾਵ, ਵਿਛੜੀ ਹੋਈ ਰੂਹ ਨੂੰ ਬਖਸ਼ਣਾ ਕਿਰਪਾ ਕਰਨੀ, ਮਹਾਰਾਜ ਚਰਨਾ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਬੱਚਿਆਂ ਨੂੰ ਭਾਣਾ ਮਨ ਦੀ ਬਲਬੁੱਧੀ ਬਖਸ਼ਣੀ, ਮਹਾਰਾਜ ਕਿਰਪਾ ਕਰੋ, ਜੇਤਾ ਸੋ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਵਿੱਚ ਮਿਹਰੇ ਉਪਾਵੋ, ਡੁੱਬਦੇ ਪੱਥਰ ਤਾਰੇ, ਮਹਾਰਾਜ ਆਪ ਜੀ ਨੇ ਸਵਾਸਾਂ ਦੇ ਦਿੱਤੇ ਹੋਏ ਸਵਾਸਾਂ ਨੂੰ ਭੋਗਦਿਆਂ ਹੋਇਆਂ ਸੰਸਾਰ ਦੇ ਵਿੱਚ ਭਾਈ ਸਾਹਿਬ ਭਾਈ ਨਾਹਰ ਸਿੰਘ ਜੀ ਕਲਿਓ ਅਨੇਕਾਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸੱਚੇ ਪਾਤਸ਼ਾਹ ਬਖਸ਼ ਲੈਣਾ, ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਕਿਰਪਾ ਕਰਨੀ ਮਹਾਰਾਜ, ਬੱਚਿਆਂ ਦੇ ਪਰਿਵਾਰ ਦੇ ਅੰਗ ਸੰਗ ਹੋ ਕੇ ਵਰਤਣਾ, ਬੱਚਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ, ਮਹਾਰਾਜ ਆਈ ਸਾਰੀ ਸੰਗਤ ਦੀ ਪ੍ਰਵਾਨ ਕਰੋ, ਕਰੋ ਕਰੋ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ, ਮਹਾਰਾਜ ਇਸ ਵਕਤ ਸਾਰੀ ਸੰਗਤ ਦੀ ਇਹੀ ਅਰਦਾਸ ਬੇਨਤੀ ਹੈ ਆਪ ਜੀ ਦੇ ਚਰਨਾਂ, ਭਾਈ ਸਾਹਿਬ ਭਾਈ ਨਾਹਰ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਕੱਲੀਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਦੇ ਅੰਦਰ ਪੰਚਮ ਕੜਾ ਪ੍ਰਸ਼ਾਦੀਆਂ ਦੇ ਅਗਾਂਹ ਹਾਜ਼ਰ ਹਨ, ਆਪ ਜੀ ਦਾ ਪ੍ਰਵਾਨ ਹੋਇਆ ਪ੍ਰਸ਼ਾਦ, ਸਰਸਰੀ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ। ਕਿਰਪਾ ਕਰੋ ਮਹਾਰਾਜ ਇਸ ਵੇਲੇ ਦੀ ਅਰਦਾਸ ਪ੍ਰਵਾਨ ਕਰੋ, ਸਮੂਹ ਸੰਗਤਾਂ ਨੂੰ ਅਟਲ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚਿਤਿਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆ ਗਿਆ ਭਈ ਅਕਾਲ ਕੀ ਤਵੀ, ਸਾ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਬਰਾਗੀ, ਤੋ ਪ੍ਰਭ ਕੋ ਮਿਲ ਬੋਚਾ, ਰਾਜ ਕਰੇਗਾ ਖਾਲਸਾ, ਸਤਿਗੁਰ ਦਾ
मैं अंदर तो कितना दुखी हाँ
मैं इसका इजहार नहीं कर सकता। हाँ एक गल मैं जरूर आपके नाम साझी कराँगा कि लाश बड़ा ही चलेबल शौक सुभा सहयोगी एक दूसरे दुख सुख के खड़न वाला वो व्यक्ति जिसने अपने जीवन के नीति कमाई है सुगढ़ता कमाई है परिवार सारा ही बच्चे भी बड़े सुगढ़ सवार हैं बापू जी सरदार गुरदेव सिंह भी याद आते हैं बीबी पासों में पिता भी याद आता है उसने अपने जीवन के मैं जानता किसी के नाल कदे बाकी नाराजगी नहीं इजहार नहीं किया जाएगा साढ़े बीते हुए पल बड़े ही सुखमई होते सन समाज के अपने विभाग के चंगा नाम उन्होंने कमाया है इस गल की गवाही भरते हैं कि इंजीनियरिंग स्टाफ के पंजाब स्टेट के जो प्रधान हैं सरदार दिलप्रीत सिंह जी अब सरदार इतने अरदास शामिल बैठे हैं उन्होंने सहकर्मी मेरे भी सहकर्मी सरदार मिश्रा सिंह जी उचेचे तौर पर इतने हाजिर बैठे हैं एक गल इस गल की गवाही करती है कि उन्होंने विभाग के भी अपना चंगा नाम कमाया जीवन के इस संसार जीव के पासों बड़िया गलत करतियां हुई हैं बहुत ही विस्तार के नाल सरदार नाथ सिंह के जीवन बारे और परिवार बारे विस्तार नाल चानना पाया और बुलारे बहुत सारे हैं सारे असं माफी चाहते हैं सोग संदेश भी आए ने सोग संदेश आया दरदार सिंह मुद की सूबा प्रधान हरजीत सिंह जीता सूबा जनरल सकत्र समूह सूबा कमेटी एस एस ए आर एम एस ए अध्यापक यूनियन पंजाब सोग संदेश भेजा इंजीनियर दलप्रीत सिंह जी लोहट सूबा प्रधान डिप्लोमा इंजीनियर एसोसीएशन पी डबल्यू डी पंजाब के समूह जथेबंदी सोग संदेश आया वेलफेयर सोसायटी न्यू भाई रणजीत सिंह नगर लुधियाना सारियां दा बहुत बहुत धन्यवाद समय के नजैक्ट को समझदा मैं सारे बुलारियों तो माफी चाहना और गुरद्वारा प्रबंधक कमेटी तरफों सारियां जो इस गल की माफी भी मंगदा भी लोड ज़्यादा हो कारण साउंड का लोड कारण जनरेटर च फल्ट हो गया इस गल की माफी चाहते हैं बाकी हुण मैं बेनती करूँगा सरदार नाथ सिंह के वड्डे सपुत्र सरदार नवजीवन जोत सिंह और गुरु घर कनियो सरोपे की बख्शिश प्राप्त करने की कृपा करना प्रधान साहब जथेदार जगरूप सिंह जी को बेनती करूँगा और सीनियर मीत प्रधान सरदार कमीर सिंह जी खालसा कि वह सरोपे की बख्शिश करने की कृपा कर उन्होंने सपुत्र ਨੌਜਵਾਨ ਪਰਿਵਾਰ ਨਾਲ